सब्सक्राइब कीजिए गोल्डन पिक्चर्स को, बेल आइकॉन का बटन जरूर दबाइए लेटेस्ट वीडियो देखने के लिए। ਜਿਹੜੀ ਫਿਲਮ ਹੋਣੀ ਆ ਭਰਾ ਸਾਡੇ ਦੀ ਕਹਿੰਦੇ ਗਰਾਰੀ ਬਾਜੋ ਤੇ ਸਾਰਿਆਂ ਨੇ ਵੀਰਾਂ ਨੇ ਸਾਥ ਦੇਣਾ ਹੈ ਹਾਰਦਲੇ ਪਾਸੇ ਬਾਈ ਰੋਕਦੇ ਬਹੁਤ ਵੱਡਾ ਧੰਨਵਾਦ ਹੈ ਯੂਟਿਊਬ ਤੇ ਸਾਹਮਣੇ ਸਰਚ ਮਾਰਨਾ ਹੈ ਤੇ ਗੱਗੂ ਗੱਲ ਕਹਿੰਦੇ ਤੁਹਾਡੇ ਪਿਆਰ ਦੀ ਉਡੀਕ ਕਰਦਾ ਹੈ ਬਹੁਤ ਵੱਡਾ ਧੰਨਵਾਦ ਹੈ ਵੀਰਾ ਸਾਡਾ ਲੈ ਵੀ ਆਉਂਦੀ ਹੌਲੀ ਹੌਲੀ ਇਹ ਕਹਿੰਦੇ ਤਲਵੰਡੀ ਵਾਲਿਆ ਵੱਡਾ ਐਕਟਰ ਬਣ ਜੇ ਆਓ ਮੇਰੇ ਵੀਰੋ ਗੱਲਾਂ ਹੋ ਰਹੀਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵਾਕਈ ਜਿੱਦਾਂ ਨਿੱਕਾ ਦਾ ਉਹਨਾਂ ਤਿੱਖਾ ਮੇਰੇ ਵੀਰੋ ਕਿੱਡੀ ਡੂੰਘੀ ਉਹਦੇ ਪਾਸੇ ਗੱਲ ਕਹੀ ਹੈ ਧੰਨਵਾਦ ਪਾਣੀ ਵਾਲੇ ਭਰਾ ਸਾਡੇ ਦਾ ਕੱਲੇ ਕੱਲੇ ਦੀ ਸੇਵਾ ਕਰ ਰਿਹਾ ਇਹਦਾ ਮੈਂ ਦਿਲੋਂ ਧੰਨਵਾਦ ਕਰਾਂਗਾ ਇਧਰੇ ਪਾਸੇ ਬੈਚ ਮੇਰੇ ਵੀਰੋ ਤੇ ਦੋ ਨੰਬਰ ਗਰਾਊਂਡ ਦੇ ਕਹਿੰਦੇ ਚੱਲ ਪਿਆ ਆਹ ਜਿਹੜੀ ਟੀਮ ਆ ਮੇਰੇ ਵੀਰੋ ਕਹਿੰਦੇ ਚੜ੍ਹਦੇ ਵਾਲੇ ਪਾਸੇ ਭਨਿਆਰੀ ਦੀ ਹੈ ਤੇ ਛਿਪਦੇ ਵਾਲੇ ਪਾਸੇ ਟੀਮ ਜਿਹੜੀ ਗੰਢੂਆਂ ਦੀ ਹੈ ਬੈਚ ਚੋਟੀ ਦਾ ਇੱਕ ਪਾਸੇ ਮੁੰਡੇ ਚੋਗੀਆਂ ਦੇ ਆਹ ਸਾਹਮਣੇ ਕਹਿੰਦੇ ਹਰਿਆਣੇ ਵਾਲੇ ਬੱਲੇ ਬੱਲੇ ਕਹਿੰਦੇ ਖੇਡ ਮਰਾਜ ਕਰਵਾਉਂਦੇ ਆ ਇਹ ਕਹਿੰਦੇ ਮੇਰੇ ਵੀਰੋ ਕੁਆਟਰ ਚੱਲਦੇ ਆ ਤਿੰਨਾਂ ਗਰਾਊਂਡਾਂ ਵਿੱਚ ਉਸ ਤੋਂ ਬਾਅਦ ਇੱਕ ਕੁਆਟਰ ਫੇਰ ਦੋ ਸੈਮੀ ਤੇ ਫੇਰ ਸਾਰੇ ਮੇਲੇ ਦਾ ਨਿਚੋੜ ਗੱਲਾਂ ਵੱਡੀਆਂ ਹੋ ਗਈਆਂ ਕਹਿੰਦੇ ਵੱਡੀਆਂ ਹੋ ਗਈਆਂ ਰੰਮੀ ਕਾਲੜੀ ਵਾਲਾ ਵੀ ਆਇਆ ਹੋਇਆ ਲੈ ਵੀ ਬੱਲੋ ਆ ਰਿਹਾ ਜੇ ਧੋਰੀ ਕੋਟ ਗੁਰੂ ਵਾਲੇ ਤੇ ਬਾਹਰ ਲਾ ਗਿਆ ਨਾ ਤੂੰ ਸੋਹਣਿਆ ਵੀਰਾ ਤੇ ਇੱਕ ਸੌ ਦਿੱਤਾ ਜਾਊਗਾ ਇੱਕ ਸੌ ਦੇ ਨਾਲ ਵੱਡੇ ਬਾਂਸਰ ਵਾਲ ਹੋ ਗਏ ਇੱਧਰ ਕਹਿੰਦੇ ਗੱਦੂ ਬੱਲ ਜ਼ਿੰਦਗੀ ਦਾ ਰੀਜ ਮਿੱਤਰ ਪੱਲੇ ਪੱਲੇ ਉਹ ਬਾਈ ਜਿਹੜੇ ਵੇਲੇ ਤਿੰਨ ਨੰਬਰ ਗਰਾਊਂਡ ਦਾ ਮੈਚ ਦੇਦੇ ਤਾੜੀ ਤੂੜੀ ਮਾਰ ਦੇ ਸਵਾਲ ਵੱਖਰਾ ਗਰਾਊਂਡ ਨੰਬਰ ਤਿੰਨ ਚ ਵੀ ਪੜਾਕੇ ਪੈਂਦੇ ਆ ਤੇ ਕਾਕੇ ਖੇਡਦੇ ਆ ਇੱਧਰ ਗਰਾਊਂਡ ਨੰਬਰ ਇੱਕ ਦੇ ਵਿੱਚ ਵੀ ਵੱਡੀਆਂ ਟੀਮਾਂ ਦੀ ਕਹਿੰਦੇ ਵੱਡੀ ਟੱਕਰ ਆ ਇੱਧਰ ਕਹਿੰਦੇ ਗਰਾਰੀ ਬਾਜ ਫਿਲਮ ਦੀ ਉਡੀਕ ਆ ਲੋਕਾਂ ਨੂੰ ਬੜੀ ਬੇਸਬਰੀ ਦੇ ਨਾਲ ਕਹਿੰਦੇ ਗੱਗੂ ਬੱਲ ਕਹਿੰਦਾ ਭਰਾ ਸਾਡਾ ਚੜ੍ਹਦੇ ਹੋਣਗੇ ਆਓ ਸਾਹਮਣੇ ਕਮਾਲ ਵੱਖਰਾ ਆਓ ਕਹਿੰਦੇ ਅੱਜ ਕਾਲੀਓ ਦੀ ਟੀਮ ਵੀ ਵੱਡੀ ਬਣੀ ਆ ਆਓ ਮੇਰੇ ਵੀਰੋ ਮਾਂ ਦਾ ਕਹਿੰਦੇ ਕੁਲਦੀਪ ਰੇ ਆ ਕਹਿੰਦੇ ਗੋਪਾ ਬੱਲੋ ਵਾਲੀ ਆ ਆਓ ਸਾਹਮਣੇ ਕਹਿੰਦੇ ਸਰਦਾਰ ਨੇ ਕਮਾਲ ਕਰ ਦਿੱਤੀ ਆ ਕਿ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਆ ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਆ ਆਓ ਬੇਵਕਤੀਆਂ ਦੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਰਾਮੀ ਕਹਿੰਦਾ ਕਾਂਗੜੀ ਵਾਲਾ ਜੇ ਬੱਲੋ ਵਾਲਾ ਗੋਪਾ ਕੋਟ ਗੁਰੂ ਵਾਲੇ ਕੁਲਦੀਪ ਦੇ ਗੁੱਟਾਂ ਦੇ ਬਾਹਰ ਮਾਰਦੇ ਤੇ ਰੁਪਇਆ ਇੱਕ ਸੌ ਦੇਣਾ ਆਪਾਂ ਤੇ ਖੰਜਰਾਂ ਵਾਲੀ ਕਹਿੰਦੇ ਪਿੰਦਰ ਦੇ ਉਧਰ ਕਹਿੰਦੇ ਬਹਿਦਾ ਬਹਿਦਾ ਕਰਵਾਈ ਪਈ ਆ ਕਾਲੀਆਂ ਦੇ ਪਿੰਡ ਦਾ ਗੁਰੀ ਆ ਪਿੰਡ ਤੇ ਆਸੂ ਖੇਡਦਾ ਤੇ ਨਾਲ ਕਰਨ ਨੇ ਕਹਿੰਦੇ ਲਾਲਾ ਲਾਲਾ ਕਰਾਈ ਪਈ ਆ ਤੇ ਨਾਲ ਕੋਟ ਗੁਰੂ ਵਾਲਾ ਦੇ ਚੜ੍ਹਦੀ ਉਮਰੇ ਕਹਿੰਦੇ ਦੁਨੀਆਂ ਦਾ ਮਹਾਰ ਸਾਹਮਣੇ ਕਹਿੰਦੇ ਹੁੰਦੀ ਮੇਰੇ ਵੀਰੋ ਇਧਰ ਕਹਿੰਦੇ ਕਮਾਲ ਵੱਖਰਾ ਦੇ ਮੇਲੇ ਦਾ ਗੱਲਾਂ ਬਾਤਾਂ ਵੱਡੀਆਂ ਨੇ ਆ ਗੰਢੂ ਵਾਲੇ ਵੀ ਕਹਿੰਦੇ ਮੇਰੇ ਵੀਰੋ ਚੋਟੀ ਦੇ ਖਿਡਾਰੀ ਆ ਗੋਗੇ ਵਰਗੇ ਬਰਾਂਚ ਬੱਲੇ ਬੱਲੇ ਕਰਾਉਂਦੇ ਆ ਤਰਾ ਇਧਰ ਪਾਸੇ ਕਹਿੰਦੇ ਕਰਦਾ ਟਰਾਈ ਮੁੰਡਾ ਮਰੀ ਆ ਜਿਹਨੂੰ ਥੋੜਾ ਟਾਈਮ ਪਹਿਲਾਂ ਬਾਬਾ ਦੀਪ ਸਿੰਘ ਸਪੋਰਟ ਕਲੱਬ ਵਾਲੇ ਨੇ ਗੱਡੀ ਦਿੱਤੀ ਆ ਮਾਸਟਰ ਸੰਤੋਖ ਸਿੰਘ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਨੇ ਉਹ ਵੀ ਸਾਡੇ ਦਰਬਾਰ ਵਿੱਚ ਚੇਤੇ ਕਰਦੇ ਪੁੱਜੇ ਆ ਬਹੁਤ ਵੱਡਾ ਧੰਨਵਾਦ ਸਵਾਗਤ ਹੈ ਇੱਥੇ ਪਹੁੰਚਣ ਦੇ ਔਰ ਮੈਂ ਬੇਨਤੀ ਕਰਾਂਗਾ ਸਟੇਜ ਦੀ ਰੌਣਕ ਦੇ ਵਿੱਚ ਆਗੇ ਵਾਧਾ ਕਰਨਗੇ ਉਹ ਵੀ ਕਿਰਪਾ ਕਰਕੇ ਜ਼ਰੂਰ ਸਟੇਜ ਤੇ ਆ ਜਾਣ ਇਹ ਦਰਬਾਰ ਔਰ ਕਦੇ ਵੱਡੇ ਬੱਲੋ ਵਾਲਾ ਤੇ ਕੋਟ ਗੁਰੂ ਵਾਲਾ ਟੱਕਰ ਸਿਰੇ ਦੀ ਹੈ ਇੱਧਰ ਵਾਸੀਆਂ ਪੇਟ ਪਿੰਡ ਦਾ ਬਣੀ ਹੈ ਰਾਜਪਾਲ ਬਾਂਗੜੀ ਹੈ ਔਰ ਕਦੇ ਗੱਭਰੂ ਨੇ ਬੜੀ ਮਿਹਨਤ ਕੀਤੀ ਹੈ ਉਸ ਪਿੰਦਰ ਦਾ ਗਾਣਾ ਇਹਦੇ ਤੇ ਹੈ ਬਾਲਾ ਢੁੱਕਦਾ ਵੀ ਹੁੰਦੀ ਸੀ ਗਰੀਬੀ ਨਫਰੋ
ਅਸੀਂ ਮਾਰ ਕੇ ਚਪੇੜਾ ਘਰੋਂ ਕੱਢੀ ਹੈ, ਹੁੰਦੀ ਸੀ ਗਰੀਬੀ ਨਫਰੋ, ਅਸੀਂ ਮਾਰ ਕੇ ਚਪੇੜਾ ਘਰੋਂ ਕੱਢੀ। ਵਾਕਈ ਕਹਿੰਦੇ ਅੱਜ ਗੱਡੀ ਦਿੱਤੀ ਆ, ਗੱਡੀ ਦੇ ਕਹਿੰਦੇ ਮਾਣ ਹੋਇਆ ਕਿ ਗੱਡੀ ਤੇ ਵੀਰੇ ਗੱਡੀ ਆ, ਭਾਵੇਂ ਛੋਟੀ ਆ ਭਾਵੇਂ ਵੱਡੀ ਆ, ਮਹਿੰਗੀ ਗੱਡੀ ਵਿੱਚ ਬੰਦਾ ਨਹੀਂ ਮਰਦਾ। ਇਹ ਤੇ ਸ਼ੌਂਕ ਸੋਹਣਿਆ ਯਾਰਾਂ ਦੇ, ਮੈਂ ਲਾ ਕੇ ਗੱਲ ਕਿਸੇ ਤੇ ਨਹੀਂ ਕਰਦਾ, ਛੱਪ ਦਾ ਵੇਖਿਆ ਵਿੱਚ ਅਖਬਾਰਾਂ ਦੇ, ਮੌਤ ਪੂਰੇ ਬੰਦੇ ਦੀ ਸਿਆਣਸ ਨਹੀਂ ਚੱਲਦੀ, ਜਦੇ ਆੜ ਲੱਗੀ ਉਹਨੇ ਲੈ ਜਾਣਾ, ਉੱਥੇ ਬੁਲਟ ਪਰੂਫ ਚਾਦਰਾਂ ਦੇ ਕੀ ਅੜਨਾ, ਜਿੱਥੇ ਮਿੱਤਰਾਂ ਕਾਲ ਦੇ ਪੈ ਜਾਣਾ, ਸਦਾ ਮਾਰ ਕੇ ਚੌਂਕਣਾ ਨਹੀਂ ਪੈਣਾ। ਇਹ ਗੱਲ ਕਿਉਂ ਦਿਲ ਚੋਂ ਕੱਢੀ ਹੈ, ਆ ਗੱਡੀ ਤੇ ਵੀਰੇ ਗੱਡੀ ਹੈ। ਉਧਰ ਜਸਕੀਰਤ, ਉਧਰ ਭਰਾ ਸਾਡਾ ਜਸਕੀਰਤ ਮਾਨ ਤੇ ਨਾਲ ਬਾਈ ਬਿੰਦਾ ਗਰੇਵਾਲ ਪੀ ਐਸ ਪੀ ਵੀ ਤੇ ਨਾਲ ਬਾਈ ਬੇਅੰਤ ਗਰੇਵਾਲ 500 ਰੁਪਇਆ ਜੇ ਸੀਜ਼ਨ ਦੇ ਵਿੱਚ ਤੇ ਦੂਜੇ ਪਾਸੇ ਕੋਟਗੁਰੂ ਵਾਲੇ ਦੇ ਉਹ ਕਦੇ ਮੇਰੇ ਮਿੱਤਰੋ ਜੰਪ ਦੀ ਦੁਨੀਆ ਦਿਵਾਨੀ ਹੈ। ਲਾਵੀ ਪੱਲੋ ਵਾਲਿਆ ਉਹ ਤੇ ਬਾਲ ਲਾਵੇ ਤੇ ਰੱਬੀ ਕਹਿੰਦਾ ਕੋਟਾਂ ਦਾ ਮੀਂਹ ਵਰਾ ਦਿਆਂਗੇ। ਔਰ ਸਵਾਰ ਕਦੇ ਭੱਜਿਆ ਪਿਆ ਕਿਤੇ ਵਾਸੀਆਂ ਬੇੜ ਦੀ ਧਰਤੀ ਹੈ। ਆਹ ਮੇਲਾ ਕਹਿੰਦੇ ਸਿਰੇ ਰਾਹ ਲੈ ਵੀ ਇੱਕ ਨੰਬਰ ਗਰਾਊਂਡ ਵਿੱਚ ਨੰਬਰ ਦੱਸ ਲੀਰਾ ਕਹਿੰਦੇ ਆ 5-15 ਤੇ 15-10 ਦਾ ਮੁਕਾਬਲਾ, 5 ਪੁਆਇੰਟਾਂ ਦਾ ਫਰਕ ਹੈ। ਉਧਰ ਜਸਕੀਰ ਕਮਾਨ ਤੇ ਨਾਲ ਬਾਈ ਗੰਗਾ ਭੰਗੂ ਤੇ ਬਾਈ ਬਿੰਦਾ ਬਾਈ ਬੇਅੰਤ ਗਰੇਵਾਲ ਉਹਨਾਂ ਵੱਲੋਂ ਕਾਲੇ ਦੀਆਂ ਘੋਗੇ ਦੀਆਂ 5 ਵਾਰਾਂ ਦਾ ਵੀਰ ਕਹਿੰਦੇ 500 ਦੇਣਾ ਪਾ। ਇੱਧਰ ਭਣਿਆਰੀ ਵਾਲਾ ਕੰਪਿਊਟਰ ਵਾਸੀਆਂ ਬੇਟ ਪਿੰਡ ਦਾ ਬਣੀ ਕੋਸ਼ਿਸ਼ ਕਰਦਾ ਪਰ ਸਫਲ ਨਹੀਂ ਹੋ ਸਕਿਆ। ਇੱਕਣਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ ਤੇ ਇੱਕਣਾ ਦੇ ਘਰ ਧੀ ਧੀਆਂ ਘਰ ਪੋਤਰੇ, ਇੱਕਣਾ ਦੇ ਘਰ ਇੱਕ ਤੇ ਉਹ ਵੀ ਜਾਏ ਪਰ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇਉਂ ਕਰ, ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇਉਂ ਕਰ। ਵਾਕਈ ਕਹਿੰਦੇ ਸਮੇਂ ਦੀਆਂ ਗੱਲਾਂ ਦੇ, ਇਧਰ ਕਹਿੰਦੇ 2 ਨੰਬਰ ਗਰਾਊਂਡ ਦੇ ਬੱਲੇ ਬੱਲੇ ਹੋ ਰਹੀ ਹੈ ਬੱਕਰਾ ਸਵਾਰ, ਮੇਲਾ ਭਰ ਜੋਗ ਵੀ ਢੱਲੋ ਕਾ ਥਲੇ ਵੀ ਦੇਖਣ ਯੋਗ ਹੈ। ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਕਾਲੀਵਾਲ ਦੀ ਟੀਮ ਵੀ ਵੱਡੀ ਟੀਮ ਹੈ, ਬਹੁਤ ਸੋਹਣਾ ਗਿਆਨੀ ਕਹਿੰਦੇ ਖੰਜਰ ਵਾਲੀ ਆ ਸਰਵੇ ਕਰਕੇ ਖੇਡ ਮੈਦਾਨ ਦੇ ਵਿੱਚ ਵੱਡਾ ਮੇਲਾ ਕਾਲੀ ਵਾਲੇ ਹੋਇਆ ਹੈ ਤੇ ਪੱਲੋ ਵਾਲੇ ਗੋਤੇ ਨੇ ਕਹਿੰਦੇ ਦੁਨੀਆਂ ਮਨਾਈ ਹੈ। ਉਹ ਕਾਲਾ ਖੰਜਰ ਵਾਲੀ ਆ ਧੰਨ ਧੰਨ ਹੋਈ ਪਈ ਹੈ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਹੈ। ਇੱਕ ਪਾਸੇ ਕਹਿੰਦੇ ਇਲਾਕਾ ਹੈ ਮੁੰਡਿਆਂ ਦਾ, ਦੂਜੇ ਪਾਸੇ ਤਲਵੰਡੀ ਭਾਈ ਦਾ ਇਲਾਕਾ ਹੈ ਕਾਲੀ ਵਾਲਾ ਪਿੰਡ, ਦੁਨੀਆਂ ਦੇ ਵੱਡੇ ਬਾਹਰ ਉੱਥੇ ਖਿਡਾਰੀਆਂ ਦਾ ਕਹਿੰਦੇ ਪਿੰਡ ਹੈ। ਵੱਡਾ ਮੈਚ ਅੱਜ ਦੇ ਦਿਨ ਦਾ ਖੇਡਿਆ ਜਾ ਰਿਹਾ ਹੈ। ਕੋਟਗੁਰੂ ਵਾਲਾ ਇਹ ਕਹਿੰਦੇ ਚਰਚਾ ਦੇ ਵਿੱਚ ਹੈ, ਵਾਹ ਮੁੰਡਿਆ ਕਮਾਲ ਕਮਾਲ ਹੋ ਦੁਨੀਆ ਦਿਆਲ ਕੋਟਗੁਰੂ ਵਾਲਾ ਦੇ ਕਹਿੰਦੇ ਕਮਾਲ ਕਰੀ ਤੁਰੇ ਆਉਂਦਾ ਨਾ। ਉਧਰਲੇ ਪਾਸੇ ਕਹਿੰਦੇ ਮਨੀ ਕਮਾਲ ਕਰੀ ਤੁਰੇ ਦਾ 2 ਨੰਬਰ ਗਰਾਊਂਡ ਦੇ ਵਿੱਚ ਆ ਕੰਪਿਊਟਰ ਜੀ ਨੇ ਹੁਣ ਟਰਾਈ ਕੀਤੀ ਹੈ। ਜੇਤੋ ਦੱਸੋ ਕਿਹੜੀ ਹੈ, ਕਿਹੜੀ ਟੀਮ ਸੇਮੀ ਚ ਪੁੱਜ ਗਈ ਹੈ, ਕਿਹੜੀ ਟੀਮ ਜਿੱਤ ਗਈ ਵੀਰੇ? ਚੱਕਲ ਮੁਬਾਰਕ ਹੈ, ਮਨ ਬਹੁਤ ਖੁਸ਼ ਹੋਇਆ ਵੀ ਟੀਮ ਦੂਰੀ ਤੈਅ ਕਰਕੇ ਆਈ ਬਾਅਦ ਚੱਕ ਡੁੱਡੀ ਦੀ ਤੇ ਟੀਮ ਜਿਹੜੀ ਸੇਮੀ ਚ ਪੁੱਜ ਗਈ ਹੈ, ਵੱਡੀ ਮੁਬਾਰਕਬਾਦ ਹੈ। ਦਸ ਚੱਕ ਵਾਲੇ ਮੁੰਡੇ ਸੇਮੀ ਚ ਪੁੱਜ ਗਏ, ਚਾਹ ਪਾਣੀ ਪੀ ਲਓ ਤੇ ਇਸ ਤੋਂ ਬਾਅਦ ਫਿਰ ਸੇਮੀ ਦੀਆਂ ਗੱਲਾਂ ਹੋਣਗੀਆਂ। ਦਸ ਚੱਕ ਵਾਲੇ ਮੁੰਡੇ ਬਹੁਤ ਸੋਹਣਾ ਖੇਡੇ, ਬਹੁਤ ਸੋਹਣਾ ਮੈਚ ਲਓ, ਬੱਲੇ ਵਾਲਾ ਬੱਲੇ ਵਾਲਾ ਬੱਲੇ ਵਾਲਾ ਬਹੁਤ ਸੋਹਣਿਆ ਉਹ ਪਿੰਦਰ ਖੰਜਰ ਵਾਲੀਆ ਹੈ, ਇਹ ਖੰਜਰ ਵਾਲੀ ਹੈ ਪਿੰਦਰ
ਵੱਡੇ ਵੱਡੇ ਟੈਕਰਾਂ ਦੇ ਇਹ ਮੁੰਡਾ ਕਹਿੰਦੇ ਸੁਪਨਿਆਂ ਚ ਆਉਂਦਾ ਰਿਹਾ। ਵਾਕਈ ਕਹਿੰਦੇ ਚਰਚੇ ਆ ਮੇਰੇ ਵਿਰੁੱਧਲੇ ਪਾਸੇ, ਕਹਿੰਦੇ ਕੁਲਦੀਪ ਬੱਲੇ ਬੱਲੇ ਕਰਾ ਰਿਹਾ। ਆਹ ਸਾਹਮਣੇ ਸਟਾਰ ਵੱਖਰਾ ਪਿੰਦਰ ਦੇ ਕਹਿੰਦੇ ਚਰਚੇ ਹੁੰਦੇ ਆ। ਆਹ ਸਾਹਮਣੇ ਕਹਿੰਦੇ ਗੁੱਗਾ ਟਰਾਈ ਕਰਦਾ। ਆਹ ਕਹਿੰਦੇ ਮੇਰੇ ਵੀਰੇ ਬੱਲੋ ਵਾਲੀ ਆ। ਉਧਰ ਧਾਮੀ ਸਰਾ, ਚੰਦਰ ਸਰਾ, ਦੀਪਾ ਸਰਾ ਤੇ ਨਵੀਂ ਸਰਾ ਸਾਡਾ ਖੰਜਰ ਵਾਲੀ ਕਾਲੇ ਦੀਆਂ ਪੰਜ ਵਾਲਾਂ 500 ਦੀਆਂ ਹੋਣਗੀਆਂ। ਇਹ ਖੰਜਰ ਵਾਲੀ ਕਾਲਾ ਪੰਜ ਵਾਲਾਂ ਕ੍ਰੋਸ ਕਰਦਾ ਹੈ। ਨਵੀਂ ਕਾਲਿਆ 500 ਦਿੱਤਾ ਜਾਣਾ। ਨਵੀਂ ਸਾਰੇ ਬਈ ਇੱਧਰ ਹੈਗਾ ਮੈਚ, ਇੱਕ ਤੇ ਕਰਾਓ ਜੀ ਮੈਚ ਹੈਗਾ ਆਪਣੇ ਕੋਲੇ। ਫਿਰੋਜ਼ਸ਼ਾਹ ਬੀ ਤੇ ਗਿੱਲ ਨੂੰ ਮਾਰੋ ਜੀ ਆਵਾਜ਼। ਆਓ ਜੀ ਫਿਰੋਜ਼ਸ਼ਾਹ ਦੀ ਬੀ ਟੀਮ ਦੇ ਗਿੱਲਾਂ ਦੇ ਮੁੰਡੇ ਪਹੁੰਚੇ ਫਿਰ ਇੱਕ ਨੰਬਰ ਗਰਾਊਂਡ, ਬੜਾ ਤੇਤੀ ਦਾ ਮੈਚ ਲੱਗੂਗਾ। ਫਿਰੋਜ਼ਸ਼ਾਹ ਬੀ ਫਰੈਂਡ ਦੇ ਕਲੱਬ ਜੀ ਉਸ ਆਸਟ੍ਰੇਲੀਆ ਤੇ ਦੂਜੇ ਪਾਸੇ ਗਿੱਲਾਂ ਦੀ ਟੀਮ ਦਾ ਮੈਚ ਖੇਡਿਆ ਜਾਣਾ ਹੈ ਉਧਰ ਗਰਾਊਂਡ ਨੰਬਰ 3 ਦੇ। ਮੈਂ ਵੀ ਇੱਕ ਵਾਰੀ ਪੁਆਇੰਟ ਦੱਸੀ ਕਿੰਨੇ ਕਿੰਨੇ ਹੋ ਗਏ ਬਾਈ ਵੀਰੇ। 3 ਨੰਬਰ ਗਰਾਊਂਡ ਦੇ ਪੁਆਇੰਟ ਦੱਸੋ ਜੀ। ਸਿੱਧੂ ਆਇਆ ਵੀਰੇ, ਸਿੱਧੂ ਆਇਆ, ਸਿੱਧੂ ਦਾ ਇਦੂ ਬਾਅਦ ਮੈਚ ਹੋਊਗਾ ਸ਼ਾਇਦ ਇੱਥੇ ਹੀ ਹੋਵੇ। ਪੰਜੇਟੇ ਵਾਲੇ ਮੁੰਡੇ ਮੈਨੂੰ ਮਿਲ ਕੇ ਜਾਣ ਜੀ, ਕਮਲ ਪੰਜੇਟਾ, ਕਮਲ ਜੀ ਇੱਕ ਜਾਣਾ ਮਿਲ ਜਾਓ ਆ ਕੇ ਸਟੇਜ ਤੇ। ਪੰਜੇਟੇ ਵਾਲੇ ਮੁੰਡੇ ਨਾਲ ਦੋ, ਹਾਂਜੀ ਦੋ ਨੰਬਰ ਗਰਾਊਂਡ ਦੇ ਨੰਬਰ ਦੱਸੋ ਜੀ। ਸਾਹਮਣੇ ਬੱਲੇ ਬੱਲੇ ਹੋ ਗਈ ਹੈ ਬਈ, ਕਿਹੜੇ ਕਿਹੜੇ ਬੱਲੋ ਵਾਲੇ ਗੋਪੇ ਦੇ ਫੈਨ ਹੈ, ਕਤਾੜੀ ਦਿਲੋਂ ਮਾਰ ਕੇ ਦੱਸੋ ਜਿਹੜੇ ਬੱਲੋ ਵਾਲੇ ਨੂੰ ਪਿਆਰ ਕਰਦੇ ਹੈ। ਵਾਕਈ ਜੱਟ ਨੇ ਕਹਿੰਦੇ ਦੁਨੀਆਂ ਮਰੀਜ਼ ਕਰਤੀ ਹੈ। ਇਹ ਬੱਲੋ ਪਿੰਡ ਦਾ ਗੋਪਾ, ਪਿੱਥੋਂ ਦੇ ਲਾਗੇ ਕਹਿੰਦੇ ਬੱਲੋ ਪਿੰਡ ਹੈ, ਰਾਪਰੇ ਫੂਲ ਦਾ ਏਰੀਆ, ਬਾਲੀਵਾਲ ਦੇ ਮੈਦਾਨਾਂ ਦੇ ਵਿੱਚ ਝੰਡਾ ਜੱਟ ਦਾ ਹੈ, ਝੂਲਦਾ ਏਰੀਆ ਕਹਿੰਦੇ ਰਾਪਰੇ ਫੂਲ ਦਾ ਹੈ। ਇਹ ਰਾਪਰੇ ਫੂਲ ਦੇ ਇਲਾਕੇ ਦਾ ਖਿਡਾਰੀ ਬੱਲੋ ਵਾਲਾ ਤਿਆਰ ਖੁੱਤੀ ਪਾਉਣ ਨੂੰ ਸਾਈਡਾਂ ਵੇਂਦਿਆਂ ਵੇਂਦਿਆਂ ਚੇਂਜ ਹੋ ਗਿਆ ਤੇ ਜੇ ਹੋਰ ਤੱਕ ਮੈਚ ਦਾ ਸਵਾਦ ਆਇਆ ਬਈ। ਇੱਕ ਵਾਰੀ 3 ਨੰਬਰ ਗਰਾਊਂਡ ਦੀਆਂ ਟੀਮਾਂ ਵਾਲੀ ਤਾੜੀ ਮਾਰ ਦੇ ਯਾਰ। ਲਰਾਜ ਬਾਈ ਇੱਕ ਵਾਰੀ ਮਿਲੀ ਆ ਕੇ ਸਟੇਜ ਤੇ, ਦਿਲਰਾਜ ਭਰਾ ਸਾਡਾ ਜਲਦੀ ਦੇ ਨਾਲ ਜੋ ਸੰਪਰਕ ਕਰੇਗਾ। ਲਾ ਉਧਰੇ ਪਾਸੇ ਕਹਿੰਦੇ 2 ਨੰਬਰ ਗਰਾਊਂਡ ਦੇ ਬੱਲੇ ਬੱਲੇ ਹੋ ਰਹੀ ਹੈ, ਵੱਖਰਾ ਸਟਾਰ ਇਹਦੇ ਮੇਲੇ ਦਾ। ਆ ਕਹਿੰਦੇ ਭਨਿਆਰੀ ਵਾਲਾ ਇਧਰ ਜੋਗਾ ਟਰਾਈ ਕਰਦਾ ਕਹਿੰਦੇ ਗਰਾਊਂਡ ਦੇ ਵਿੱਚ। ਆ ਸਬਰੇ ਬਣੀ ਆ ਕਿ ਵੇਂਦੇ ਵੇਂਦੇ ਦੌਰ ਬਦਲਤਾ ਗੱਭਰੂੜੇ, ਫਾਇਦਾ ਨੀ ਕੋਈ ਵਕਤ ਬੋਲ ਕੇ ਗਾਲੇ ਦਾ, ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ, ਹੰਕਾਰ ਨਹੀਂ ਇਹ ਰੁਤਬਾ ਮੂਸੇ ਵਾਲੇ ਦਾ। ਨਵੀਂ ਟੀਮਾਂ ਕਿਉਂ ਨੀ ਆ ਰਹੀਆਂ ਇੱਕ ਨੰਬਰ ਤੇ ਫਿਰੋਜ਼ਸ਼ਾਹ ਬੀ ਵਾਲੇ ਬੰਦੇ ਰੂਪ, ਹੁਣ ਨਾ ਲੇਟ ਹੋ ਕਿਰਪਾ ਕਰਕੇ ਸਿੱਧੂ ਸਾਹਿਬ ਆ ਜਾਓ ਜਲਦੀ ਦੇ ਨਾਲ। ਗਿੱਲਾਂ ਦੀ ਟੀਮ ਪੂਰੀ ਅਰਜੀ ਆ ਜਾਓ ਜਲਦੀ, ਗਿੱਲਾਂ ਵਾਲੇ ਬੰਦੇ ਗਿੱਲ ਤੇ ਫਿਰੋਜ਼ਸ਼ਾਹ ਬੀ ਦੀਆਂ ਟੀਮਾਂ ਕਿਰਪਾ ਕਰਕੇ ਆ ਜਾਓ, ਬੜੀ ਮਿਹਰਬਾਨੀ ਹੋਵੇਗੀ। ਦਾਚਕ ਡੁੱਡੀ ਦੀ ਟੀਮ ਦੇ ਇੱਕ ਰੈਫਰੀ ਆਊਗੀ, ਦਾਚਕ ਡੁੱਡੀ ਵਾਲੇ ਮੁੰਡੇ ਇੱਕ ਰੈਫਰੀ ਆ ਜਾਓ ਇੱਕ ਨੰਬਰ ਤੇ। ਜਲਦੀ ਦੇ ਨਾਲ ਮੈਚ ਖੇਡਿਆ ਜਾਣਾ, ਬੇਨਤੀ ਹੈ ਗੁਰੀ ਕਿੰਨੇ ਕਿੰਨੇ ਫੈਨ ਹੋ ਗਏ, ਗੁਰੀ ਫੈਜਗੜ ਇੱਕ ਵਾਰੀ ਜ਼ਰੂਰ ਪੁਆਇੰਟ ਦੱਸੀ ਮੇਰਾ ਵੀਰ, ਕਿੰਨੇ ਕਿੰਨੇ ਪੁੱਛ ਕੇ ਵੀਰਾਂ ਨੂੰ ਇਹ ਖੱਜਰ ਵਾਲੀ ਆ ਪਿੱਤਰ ਪੜਾਕੇ ਤਾਈ ਤੁਰਿਆ ਆਉਂਦਾ, ਆਊਟ ਦੇ ਬੱਲਿਆਂ ਦਾ ਹੋ ਗਈ ਆ ਖੇਡ ਦੇ ਮੈਦਾਨ ਦੇ ਵਿੱਚ। ਜਿਹੜੇ ਯਾਰ ਇੱਕ ਨੰਬਰ ਗਰਾਊਂਡ ਫਿਰੋਜ਼ਸ਼ਾਹ ਬੀ ਫਰੈਂਡ ਕਲੱਬ ਯੂਐਸਏ ਆਸਟ੍ਰੇਲੀਆ, ਔਰ ਦੂਜੇ ਪਾਸੇ ਗਿੱਲਾਂ ਵਾਲੇ ਮੁੰਡੇ ਉਧਰ ਦਸ ਨੰਬਰਾਂ ਦੀ ਖੰਜਰਵਾਲ ਦੀ ਟੀਮ ਦੇ।
ਖਰਾਬ ਗਰਮੀ ਦੇ ਸੀਨੇ ਦੀ ਤੇ ਸੂਈ ਵਾਂਗੂ ਚੁਬੇ ਤੇ ਕੱਪਾ ਦੋ ਮਹੀਨੇ ਦੀ ਹੈ ਤੇ ਪਾਣੀ ਦਾ ਕੰਮ ਚੱਲਦਾ ਬਾਬੇ ਬਾਗ ਤੀਵੀ ਸੂਟਾਂ ਦੀ ਦੁਕਾਨ ਤੇ ਤੇ ਛਿੱਤਰ ਟਕਾਵੇ ਚਾਪੜੇ ਜਵਾਕ ਨੂੰ ਨਾਗਾ ਪਾਉਣਾ ਔਖਾ ਨਿਤਵੇ ਪਿਆਗ ਨੂੰ ਤੇ ਲਾ ਕੇ ਕਈਆਂ ਗੱਲਾਂ ਸੀਨੇ ਖੁੱਬ ਜਾਂਦੀਆਂ ਤਾਰੇ ਮਾੜੇ ਟਾਈਮ ਵਟਕਾ ਵੀ ਡੁੱਬ ਜਾਂਦੀਆਂ ਮਾੜੇ ਟਾਈਮ ਵਟਕਾ ਵੀ ਬਾਕੀ ਗੱਲ ਮਾੜੇ ਸਮੇਂ ਦੀ ਹੈ ਮਾੜਾ ਸਮਾਂ ਕਹਿੰਦੇ ਆਪਣਿਆਂ ਦੀ ਪਰਖ ਕਰਾ ਜਾਂਦਾ ਹੈ ਕਿਹੜੇ ਕਿਹੜੇ ਨਾਲ ਖੜਦੇ ਹੈ ਕਿਹੜੇ ਮੈਦਾਨ ਸੱਜ ਕੇ ਭੱਜਦੇ ਹੈ ਮਾੜਾ ਸਮਾਂ ਕਹਿੰਦੇ ਆਪਣਿਆਂ ਦੀ ਪਰਖ ਕਰਾ ਜਾਂਦਾ ਹੈ ਸਮੇਂ ਦੀ ਗੱਲ ਹੈ ਸਮਾਂ ਚੰਗਾ ਵੀ ਆਉਂਦਾ ਇਨਸਾਨ ਤੇ ਸਮਾਂ ਮਾੜਾ ਵੀ ਆਉਂਦਾ ਹੈ ਵਾਹ ਓਏ ਪੱਲੇ ਵਾਲਿਆ ਕਿਹੜੇ ਕਿਹੜੇ ਕਹਿੰਦੇ ਵੀ ਪੱਲੇ ਵਾਲਾ ਫਿੱਟ ਹੈ ਇੱਕ ਲਲਕਰਾ ਜ਼ੋਰਦਾਰ ਮਾਰਦੇ ਜਿਹੜੇ ਕਹਿੰਦੇ ਪੱਲੇ ਵਾਲਾ ਫਿੱਟ ਹੈ ਹਰ ਸਾਹਮਣੇ ਕਹਿੰਦੇ ਲਲਕਰੇ ਕਹਿੰਦੇ ਵੱਜ ਰਹੇ ਆ ਹਰ ਸਾਹਮਣੇ ਕਹਿੰਦੇ ਕਮਾਲ ਵੱਖਰਾ ਇਹ ਪੱਲੇ ਵਾਲੀਆ ਪੁੱਜ ਆਇਆ ਵੀ ਸਾਰਾ ਪੇਲਾ ਗਿਆ ਹੱਲ ਜਿੱਦਾਂ ਘਰੇ ਮੁੜ ਚੱਲ ਕਈਆਂ ਸੱਤਾਂ ਨੂੰ ਪੁਲਿਸ ਲੈ ਗਈ ਫੜ ਕੇ ਹਾਏ ਵੇ ਮੈਨੂੰ ਡਰ ਲੱਗੇ ਮੇਲੇ ਵਿੱਚ ਦਾਰੂ ਪੀ ਕੇ ਬੰਦੀਆਂ ਦੇ ਡਾਂਗ ਫੜ ਕੇ ਤੇ ਮੈਨੂੰ ਡਰ ਲੱਗੇ ਮੇਲੇ ਵਿੱਚ ਵੀਰੇ ਕਿੱਲਾ ਦੀ ਟੀਮ ਆ ਗਈ ਆ ਸਰੋਸ਼ਾ ਦੀ ਬੀ ਟੀਮ ਵੀਰੇ ਆਓ ਬਾਈ ਯਾਰ ਵੇਲੇ ਨਾਲ ਫੜਨ ਬੰਦ ਕਰਾ ਦੇਈਏ ਮੇਰੀ ਬੇਨਤੀ ਆ ਦੋਨੋਂ ਟੀਮਾਂ ਬੜੀਆਂ ਸੀਨੇ ਟੀਮਾਂ ਨੇ ਦੋਨੋਂ ਟੀਮਾਂ ਦੇ ਖਿਡਾਰੀ ਵੀਰੇ ਇੱਕ ਨੰਬਰ ਗਰਾਊਂਡ ਚ ਆਓ ਸਿਰਫ ਦੋ ਮਿੰਟ ਦਾ ਟਾਈਮ ਆ ਜੀ ਕਿਰਪਾ ਕਰਕੇ ਬੇਨਤੀ ਆ ਜਲਦੀ ਦੇ ਨਾਲ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਂਦੇ ਕਿਰਪਾ ਕਰਕੇ ਬੇਨਤੀ ਆ ਭਰਾ ਨੇ ਸਾਡੇ ਆਓ ਮੇਰੇ ਵੀਰੋ ਕਹਿੰਦੇ ਫਰੈਂਡਸ ਕਲੱਬ ਕਹਿੰਦੇ ਯੂਐਸਏ ਕਹਿੰਦੇ ਆਸਟ੍ਰੇਲੀਆ ਦੀਆਂ ਟੀਮਾਂ ਜਿਹੜੀਆਂ ਜਲਦੀ ਗਰਾਊਂਡ ਵਿੱਚ ਆ ਜਾਣ ਇਹ ਭਰਾ ਨੇ ਸਾਡੇ ਕਹਿੰਦੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਸਾਰੇ ਸਰਕਾਰ ਦੇ ਉਚੇਰਿਆਂ ਦਾ ਧੰਨਵਾਦ ਜਿਹੜੇ ਬਾਹਰ ਬੈਠੇ ਵੀ ਰੱਜ ਕੇ ਸਪੋਰਟ ਕਰਦੇ ਨਾ ਖੇਡ ਮੇਲਿਆਂ ਨੂੰ ਇਹਨਾਂ ਖਿਡਾਰੀਆਂ ਦੇ ਵੱਡੇ ਸਰਬਾਰ ਜਿਹੜਾ ਕਹਿੰਦੇ ਮੇਰੇ ਵੀਰੋ ਗੱਡੀਆਂ ਵਾਲਾ ਕਲੱਬ ਹੈ ਇਹ ਵੀ ਸਦਾ ਚਰਚ ਰਹਿੰਦੀ ਹੈ ਚੜ੍ਹਾਈ ਹੈ ਖੇਡ ਮੈਦਾਨ ਦੇ ਵਿੱਚ ਪਿੰਦਰ 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 ਕਿਹੜੇ ਕਿਹੜੇ ਪਿਆਰ ਕਰਦੇ ਹੈ ਪਿੰਦਰ ਨੇ ਕਤਾੜੀ ਜ਼ੋਰਦਾਰ ਮਾਰੇ ਜਿਹੜੇ ਜਿਹੜੇ ਖੰਜਰਾਲ ਤੋਂ ਆਏ ਹੈ ਉਹ ਸਾਹਮਣੇ ਕਹਿੰਦੇ ਲੱਕ ਆਇਆ ਹੋਇਆ ਇਹ ਪਿੰਦਰ ਖੰਜਰ ਵਾਲੀਆ ਮਾਣ ਕਰਦੇ ਕਹਿੰਦੇ ਅਮਨ ਸਰਪੰਚ ਵਰਗੇ ਦੀਪ ਜਵੰਦੇ ਵਰਗੇ ਉਹ ਬਬਲੇ ਬੁੱਟਰ ਵਰਗੇ ਰਣਦੀਪ ਜੱਸੇ ਵਰਗੇ ਧੋਨੀ ਵਰਗੇ ਯਾਦੂ ਵਰਗੇ ਕਹਿੰਦੇ ਮਾਣ ਕਰਦੇ ਮੁੰਡੇ ਵੀ ਖੇਡਦੇ ਆਓ ਫੜਕੜੀ ਫੁੱਲ ਕੱਟੇ ਤੇ ਝੱਲ ਤੇ ਦੀਵਾ ਫੁੱਲ ਐਨ ਕਹਿੰਦੇ ਕਮਾਲ ਹੋਈ ਪਈ ਹੈ ਪਰ ਬਾਲ ਫੌਲ ਹੈ ਨਿਕਟਾ ਪਾਸੀਆਂ ਬੇਟ ਵਾਲਾ ਕਰੋੜਾਂ ਦੇ ਨਾਲ ਟ੍ਰੈਕਟਰ ਮਿਲਦੇ ਰਸੀਦ ਵਾਲਿਆ ਪਾਲਿਆ ਹੋਏ ਖੇਡ ਕੇ ਖੇਡ ਵਾਲੀਵਾਲ ਨੂੰ ਸਭ ਅਰਮਾਨ ਪੂਰੇ ਹੁੰਦੇ ਦਿਲ ਦੇ ਦਿਲਾਂ ਦੇ ਅਰਮਾਨ ਪੂਰੇ ਕਰਨ ਵਾਲੀ ਖੇਡ ਖੇਡੀ ਆ ਰਹੀ ਹੈ ਰਵੀ ਕੋਟ ਗੁਰੂ ਵਾਲਿਆ ਦੋਵੇਂ ਬਠਿੰਡੇ ਵਾਲਾ ਹੈ ਵਾਰ ਲੱਗੇ ਗੱਲ ਫੇਰ ਵਾਨੀ ਹੈ ਉਧਰ ਬਾਈ ਧਾਮੀ ਸਰਾਂ ਨਵੀਂ ਸਰਾਂ ਨਾਲ ਜੰਦਰ ਸਰਾਂ ਦੇ ਬਾਈ ਦੀਪਾ ਸਰਾਂ ਇਹਨਾਂ ਦੇ ਵੱਲੋਂ ਤਾਰੇ ਦੀਆਂ ਪੰਜ ਬਾਲਾਂ 500 ਦੀਆਂ ਹੋਰ ਗਈਆਂ ਵੱਡੇ ਮਾਰ ਦਿੱਤੇ ਜਾਣਗੇ ਨਵੀਂ ਵੀਰੇ ਇੱਕ ਨੰਬਰ ਗਰਾਊਂਡ ਯਾਰ ਕਿੰਨਾ ਟਾਈਮ ਹੋ ਗਿਆ ਟੀਮਾਂ ਗਰਾਊਂਡ ਆ ਰਹੀਆਂ ਫਿਰੋਜ਼ਸ਼ਾਹ ਬੀ ਵਾਲੇ ਮੁੰਡੇ ਯਾਰ ਕਿਉਂ ਨੀ ਆਉਂਦੇ ਰੂਪ ਉਹਦੇ ਰਿਸਟ ਵੀ ਬਹੁਤ ਹੋ ਗਈ ਹੈ
ਇਹ ਨੀ ਮੈਨੂੰ ਗੱਲ ਸਮਝ ਆਉਂਦੀ ਵੀ ਕਿਉਂ ਹਰੇਕ ਮੈਚ ਲੇਟ ਹੀ ਆਉਂਦਾ। ਕਈ ਸਹੀ ਗੱਲ ਉਧਰਲੇ ਪਾਸੇ ਇੱਕ ਮਿੰਟ ਜੀ, ਉਧਰ ਰਾਜਵਿੰਦਰ ਬਲ ਭਰਾ ਸਾਡਾ ਉਹਦੇ ਵੱਲੋਂ ਕਹਿੰਦੇ ਸ਼ਿੰਦਰ ਪਾਣੀ ਵਾਲਾ ਭਰਾ ਸਾਡਾ ਉਹਦੇ ਲਈ 1000 ਰੁਪਏ ਦੇ ਵੱਡੇ ਮਾਲ ਪਿਆਰ ਦੇ। ਆਰਦਲੇ ਪਾਸੇ ਕਹਿੰਦੇ ਜਸਪਾਲ ਦਾ ਸਨਮਾਨ, ਕਹਿੰਦੇ ਜਿਹੜਾ ਕੀਤਾ ਜਾਣਾ ਮੇਰੇ ਵੀਰੋਂ 1000 ਦੇ ਨਾਲ ਬਹੁਤ ਵੱਡਾ ਧੰਨਵਾਦ ਕਰਾਂਗੇ। ਉਧਰ ਸਾਡੀ ਜ਼ਿੰਦਗੀ ਦਾ ਮਾਣ ਵੀਰਾ ਬਾਬਾ ਦੀਪ ਸਿੰਘ ਕਹਿੰਦੇ ਸਪੋਰਟਸ ਕਲੱਬ ਗੱਡੀਆਂ ਵਾਲੀ ਕਲੱਬ ਕਹਿੰਦੀਆਂ ਦੁਨੀਆ। ਉਧਰ ਕਹਿੰਦੇ ਲਵ ਸੰਧੂ ਭਰਾ ਸਾਡਾ ਆਸਟ੍ਰੇਲੀਆ ਤੋਂ ਅੱਜ ਦੇ ਮੇਲੇ ਨਾਲ ਜੁੜਿਆ ਆਇਆ, ਬਾਣੇ ਵੱਡੇ ਅੱਜ ਮੇਲਾ ਭਰਾਵਾਂ ਦੇ ਪਿੰਡਾਂ ਦੁਨੀਆ ਮਾਰ ਕਰਦੀ ਹੈ। ਲਵ ਸੰਧੂ ਦਾ ਬਹੁਤ ਵੱਡਾ ਮਾਣ ਕਰਦੀ ਹੈ, ਲਵ ਸੰਧੂ ਵਰਗਿਆਂ ਦੀ ਵੱਡੀ ਖੇਡ ਕਲੱਬ ਹੈ। ਲੈ ਵੀ ਸੁਰਜੀਤ ਕਰਾਈਏ ਮੈਂ ਜਲਦੀ ਦੇ ਨਾਲ, ਟੀਮਾਂ ਆ ਗਈਆਂ ਹੈ, ਟੌਸ ਕਰਾ ਦਈਏ ਰੂ, ਟੌਸ ਕਰੋ ਵੀ। ਰੋਸਾ ਦੀ ਟੀਮ ਵੀ ਆ ਗਈ ਹੈ ਤੇ ਦੂਜੇ ਪਾਸੇ ਮੈਂ ਦੇਖ ਰਿਹਾ ਵੀ ਮੁੰਡੇ ਗਿੰਨਾ ਵਾਲੇ ਵੀ ਆ ਗਏ। ਟਾਸ ਕਰਾਓ ਜੀ ਜਲਦੀ ਦੇ ਨਾਲ, ਵਾਲ ਫੜ ਲਓ ਕਿਰਪਾ ਕਰਕੇ, ਖੇਡੋ ਮੈਚ ਜਾ ਵੀ ਖੇਡੋ ਮੈਚ। ਮੇਰਾ ਵੀਰ ਉਧਰ ਨਾਲ ਹੀ ਹਰਵਿੰਦਰ ਧਨੋਆ ਸਾਡਾ ਵੀਰ ਮੁੱਲਾਪੁਰ, ਉਹ ਵੀਰ ਕਹਿੰਦਾ ਵੀ ਜੇ ਬੱਲੋਵਾਲਾ ਗੋਪਾ ਕੱਠਾ ਪਾਵੇ ਤੇ ਵੱਡੇ ਮਾਣ ਜਿਹੜੇ ਕੀਤੇ ਜਾਣਗੇ 1100 ਮੁੰਡੇ। ਆਓ ਜੀ ਸਟੇਜ ਤੇ ਪੰਜੇਟਾ ਲਈ ਕਮਲ ਪੰਮੇ ਕਜਾਣਾ ਆ ਜਾਓ, ਪੰਜੇਟੇ ਵਾਲੇ ਮੁੰਡੇ ਬਈ ਟਾਸ ਕਰ ਲੋ, ਗਿੱਲਾਂ ਵਾਲੇ ਮੁੰਡੇ ਜਸ਼ਨ ਸਿਆਣੇ ਹੈ, ਟਾਸ ਕਰ ਲੋ। ਉਧਰ ਬਹੁਤ ਵਾਲਾ ਸਾਡਾ ਵੀਰ ਆਸਟ੍ਰੇਲੀਆ ਤੋਂ ਸਿੱਧੀਆਂ ਤਾਰਾਂ ਜੋੜੀ ਬੈਠਾ ਜਿਹਦੇ ਵੱਡੇ ਚੰਦ ਦੇ ਨਾਲ, ਬੜਾ ਪਿਆਰ ਆ ਬਾਈ ਦਲਰਾਜ ਬੱਲ ਹੋਰਾਂ ਦੇ ਨਾਲ। ਇਧਰ ਕੋਟ ਗੁਰੂ ਵਾਲਾ ਕੁਲਦੀਪ ਕਰਨਾ ਨਾਲ ਦੁਰੀਆ ਉਹ ਦੇ ਮੁੰਡਿਆਂ ਦਾ ਟੈਂਕ ਦੇ ਦੇਖਣ ਵਾਲਾ ਜੋਰ ਲੱਗਿਆ ਹੋਇਆ ਬੱਲੇ ਬੱਲੇ ਕਰਵਾ ਗਿਆ ਜਿੰਨਾ ਜਿੰਨਾ ਨੂੰ ਯਾਰ 3 ਨੰਬਰ ਗਰਾਊਂਡ ਦਾ ਮੈਚ ਚੰਗਾ ਲੱਗਦਾ ਨਾ, ਬੜਾ ਵੇਟ ਕਰਿਓ, ਅਟੈਕ ਹੋ ਰਿਹਾ ਦੋਨੋਂ ਟੀਮਾਂ ਦਾ ਤੇ ਫਾਇਰ ਤਾਰੀ ਜ਼ੋਰਦਾਰ ਮਾਰਦੇ 3 ਨੰਬਰ ਗਰਾਊਂਡ ਦੀਆਂ ਟੀਮਾਂ ਦੇ ਲਈ। ਲੈ ਵੀ ਮੈਚ ਵੇਖਣਾ ਉਧਰਲਾ ਗੋਪੇ ਵਾਲਾ, ਮੈਚ ਵੇਖਣਾ ਕਿਵੇਂ ਕਰਨਾ ਜੇ 1 ਮਿੰਟ 10 ਮਿੰਟ ਆ ਗਏ ਪਾਸੇ ਵੀ ਪੁੱਛ ਕੇ ਲਗਾਤਾਰ ਵੀ ਹਾਂ ਵੇਖਣਾ ਟੋਟੀ ਦਾ ਬਹੁਤ ਦਿਖਾ ਦੇਣੇ ਸਾਈਡਾਂ ਚੇਂਜ ਵੀਰੇ ਕਿੰਨੇ ਕਿੰਨੇ ਪੁਆਇੰਟ ਵੀਰੇ ਇੱਕ ਹੋ ਗਿਆ ਸਾਡੀ ਗੱਲ ਦਾ 1 ਮਿੰਟ ਨਾਲ ਹੀ ਮੈਚ ਸ਼ੁਰੂ ਸ਼ਾਲੂ ਬਾਈ ਸ਼ਾਲੂ ਬਾਈ ਕਿੰਨੇ ਸਕੋਰ ਹੈ ਫਰੋਸ਼ਾ ਦੀ ਬੀ ਟੀਮ ਦੇ ਰਹਿੰਦੇ ਖਿਡਾਰੀ ਵੀਰੇ ਜਲਦੀ ਆ ਜਾਣਾ ਫਰੋਸ਼ਾ ਬੀ ਵਾਲੇ ਬੰਦੇ ਉਧਰ ਲੈ ਮੈਂ ਦਿਖਾ ਦੇ 5 ਮਿੰਟ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਹੋਰ ਆਪਾਂ ਮੈਚ ਸ਼ੁਰੂ ਕਰਦਾ ਬਾਈ ਸ਼ਾਲੂ ਬਾਈ ਕਹਿੰਦਾ ਵੀ ਦਿਖਾ ਦਿਓ ਵੀਰੇ ਕੋਈ ਚੱਕਰ ਨਹੀਂ ਬਾਈ ਜੀ ਦੱਸੋ ਯਾਰ ਪੁਆਇੰਟ ਕਿੰਨੇ ਕਿੰਨੇ ਭਰਾ ਬਣ ਗਏ 3 ਨੰਬਰ ਗਰਾਊਂਡ ਦੇ ਪੁਆਇੰਟ ਦੱਸੋ ਜੀ ਲੈ ਸਰਜੀਤ ਚਲਾ ਮੈਂ ਟੀਮਾਂ ਦੇ ਖੜੀਆਂ ਦੇਰੀ ਗਾਲੀ ਹੈ ਸਰ ਦਿਖਾਉਣੇ ਦਿਖਾਉਣੇ ਬਿੱਟੂ ਜਾ ਕੇ ਪੁੱਛਣ ਦੀ ਸਿਵੀਆਂ ਜੀ 1 ਨੰਬਰ ਚ ਮੈਚ ਚਲਾ ਦਈਏ ਆਪਾਂ ਜਲਦੀ ਦੇ ਨਾਲ ਲੈ ਵੀ 1 ਨੰਬਰ ਲੈ ਵਾਲੇ ਕਿੱਥੇ 5 ਮਿੰਟ ਹੋ ਚੁੱਕੇ ਨੇ ਵੀਰੇ ਜੀ ਲੈ ਵਾਲੇ ਵੀਰ ਸਾਡੇ ਬੇਨਤੀ ਹੈ ਮੇਰੀ 1 ਨੰਬਰ ਚ ਮੈਂ ਦਿਖਾ ਦੋ ਜ਼ਰੂਰ ਚੱਲ ਕਰਦੇ
ਇੱਕ ਮਿੰਟ ਵੀਰੇ, ਇੱਕ ਮਿੰਟ, ਹੁਣ ਬਾਅਦ ਚ ਬੜਾਂਗੇ ਮੈਚ, ਇੰਜੋਏ ਕਰੋ ਮਾੜਾ ਜਿਹਾ, ਬੇਨਤੀ ਹੈ। ਸਕੋਰ ਪੁੱਛੀ ਮਿਣਾ ਕਿੰਨੇ, ਸਕੋਰ ਦੱਸਾਂਗੇ ਕੱਲੇ ਤੁਹਾਨੂੰ, ਦਸ ਦਸ ਕੋਈ ਗੱਲ ਨੀ, ਕੋਈ ਗੱਲ ਨੀ, ਚੱਲੀ ਚਲੋ ਕੰਮ ਨੱਪੀ ਇਹਦੀ ਮਿਹਨਤ ਆ ਨਾ, ਜਿੰਨੀ ਟੂਰਨਾਮੈਂਟ ਸਿੱਖਦੇ ਫਰਵਰੀ ਚ ਆ ਜੀ ਹੁਣ ਆਪਣੇ ਪਹਿਲੇ ਹਫ਼ਤੇ ਦਾ ਹੋਊਗਾ, ਡੇਟ ਚੇਂਜ ਹੋ ਗਈ, ਤਿੰਨ ਤਰੀਕ ਨੂੰ ਨੌ ਲੜੀ ਦਾ ਕੱਪ ਹੋਣਾ ਵੀਰੇ, ਐਂਡ ਸਰਾ ਐਂਡ ਫਰਵਰੀ ਐਂਡ 3 ਫਰਵਰੀ ਬਾਜੀ ਚੱਲ ਗਿਆ। ਤੁਸੀਂ ਹੱਥ ਕੇ ਮੇਲੇ ਵੱਧ ਹੋ ਜਾਣੇ ਹੈ 14
ਬੜੀ ਮਿਹਰਬਾਨੀ ਹੋਵੇਗੀ ਸਾਰੇ ਆਸਟ੍ਰੇਲੀਆ ਦੀ ਕਹਿੰਦੇ ਵੱਡੀ ਗੱਲਬਾਤ ਆ ਤੇ ਇੱਧਰ ਪੰਜਾਬ ਵਾਲਾ ਕਹਿੰਦੇ ਕਾਰਾਂ ਤੇ ਸਾਰੇ ਸਵਾਲ ਵਧੀਆ ਪਿਆ ਅਸੀਂ ਖੁਸ਼ੀ ਦੇ ਪਾਸੇ ਵੀ ਨੰਬਰ ਆਪਾਂ ਜ਼ਰੂਰ ਦੱਸਾਂਗੇ ਵੀਰੇ
ਕਿੰਨੇ ਕਿੰਨੇ ਹੋ ਗਏ ਤੇ ਭੱਟੀਆਂ ਦਾ ਤੇਜੀ ਮੈਚਿੰਗ ਪੁਆਇੰਟ ਦੱਸੂਗਾ ਮੇਰਾ ਵੀਰ ਕਿੰਨੇ ਕਿੰਨੇ ਪੁਆਇੰਟ ਹੋ ਗਏ ਸਾਹਮਣੇ ਕਰਦਾ ਮਰੀ ਤਾਈ ਤਾਈ ਕਦੇ ਕੀਤੀ ਬਾ ਵੀ ਵਾਲੀ ਹੋਈ ਸਾਹ ਨੰਬਰ ਕਿਤੇ ਪਰਿਆਰੀ ਦੇ ਹਿੱਸੇ ਜੁੜਦਾ ਹੋਇਆ ਮੈਂ ਵੀ ਤੇਰੇ ਪਾਸ ਇੱਕ ਨੰਬਰ ਦੇ ਰਿਹਾ ਮੇਰੇ ਬੈਗ ਖੇਡੇ ਜਾ ਰਿਹਾ ਇਹਦਾ ਵੀ ਜ਼ਰੂਰ ਆਪਾਂ ਸਕੂਲਾਂ ਬਾਰੇ ਕਦੇ ਜਾਣਕਾਰੀ ਦੇਵਾਂਗੇ ਭੱਜ ਕੇ ਗਿਆ ਸੀ ਬਹੁਤ ਤੇਜ਼ੀ ਦਾ ਮੈਚ ਹੈ ਉਧਰ ਗਰਾਊਂਡ ਨੰਬਰ ਤਿੰਨ ਦੇ ਵਿੱਚ ਵੀ ਥੋੜੀ ਹੋਈ ਆ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਹੱਲੇ ਹੱਲੇ ਹੋ ਰਹੀ ਆ ਵੀ ਬੜੇ ਸੁਖਮਨ ਕਿੰਨੀਆਂ ਪੁਆਇੰਟ ਨਿੱਕੀ ਬਹੁਤ ਵਧੀਆ ਬਹੁਤ ਵਧੀਆ ਲਖਵੀਰ ਮਡਾਣਾ 3 ਤਰੀਕ ਨੂੰ ਸਨਮਾਨ ਆ ਵੀਰੇ ਗੋਪੇ ਮਾਨ ਦਾ 9 ਲੜੀ ਦੇ ਕੱਪ ਤੇ 6 ਫੁੱਟੇ ਕੱਪ ਨਾਲ ਬਹੁਤ ਮੁਬਾਰਕਾਂ ਮਾਨ ਨੂੰ ਹੁਣ ਗੇਮ ਹੈ ਪਹਿਲਾਂ ਗੇਮ ਸੀ ਨਾ ਪਹਿਲਾਂ ਸੋਰੀ ਪਹਿਲਾਂ 16 ਨਹੀਂ ਸੀ ਟਰਾਈ ਕੀਤੀਆਂ ਨਵੀਆਂ ਦੇ ਵੱਡੇ ਮੁਕਾਬਲੇ ਦੀ ਵੱਡੀ ਗੱਲ ਹੈ ਪਾਸੇ ਕਹਿੰਦੇ 1 ਨੰਬਰ ਗਰਾਊਂਡ ਦੇ ਵਿੱਚ ਵੀ
ਟੀਮਾਂ ਦੋਹੇ ਸਿਰੇ ਦੀਆਂ ਆਓ ਮੇਰੇ ਵੀਰੋ ਕਹਿੰਦੇ ਖੇਡਦੀਆਂ ਨੇ ਆਓ ਸਾਹਮਣੇ ਕਹਿੰਦੇ ਬੱਲੇ ਬੱਲੇ ਹੋ ਰਹੀ ਆ ਆ ਟਰਾਈ ਕਰਦਾ ਨੋਈਅਨ ਕਹਿੰਦੇ ਫਿਰੋਸ਼ਾ ਦੀ ਧਰਤੀ ਦਾ ਰਾਹ ਕਹਿੰਦੇ ਸਿੱਧੂ ਆ ਮੇਰੇ ਵੀਰੋ ਜਿਹਦੀ ਵੱਖਰੀ ਚੜ੍ਹਤ ਹੈ ਇਹਨਾਂ ਮੈਦਾਨਾਂ ਦੇ ਵਿੱਚ ਜਿਹਦੀ ਕਹਿੰਦੇ ਵੱਖਰੀ ਚੜ੍ਹਾਈ ਆ ਆਓ ਸਾਹਮਣੇ ਬੱਲੇ ਬੱਲੇ ਵਾਹ ਵੀ ਵਾ ਨਹੀਂ ਹੋਰੀ ਸਾਹਿਬ ਵੱਖਰਾ ਨਜ਼ਾਰਾ ਇਧਰੇ ਪਾਸੇ ਕਹਿੰਦੇ ਫੌਜੀ ਕਮਾਲ ਕਰਦਾ ਕਨਿਹਾਰੀ ਵਾਲਾ ਹਰਿਆਣੇ ਵਾਲਾ ਆਓ ਸਾਹਮਣੇ ਮਾਰ ਹੋਣਾ ਚਾਹੀਦਾ ਇਹਦੇ ਪਾਸੇ ਹੋ ਗਈ ਬੱਲੇ ਬੱਲੇ ਨਵੀਂ ਦੋ ਨੰਬਰ ਗਰਾਊਂਡ ਦੇ ਵਿੱਚ ਗੁੱਸਰ ਕੁਛ ਵੀ ਲੋ ਬਾਈ ਦੱਸੋ ਜੀ ਹੁਣ ਦੱਸੋ ਜੀ ਵੇਟ ਵੇਟ ਡਾਲੀ ਵੇਰੇ ਟਾਂਗਾ ਆਪਾਂ ਕੱਢ ਦਈਏ ਦਾਰੇ ਬਾਈ ਪਰਚੀਆਂ ਬਣ ਗਈ ਆਪਣੇ ਕੋਲ ਹਰ ਸਾਹਿਬੇ ਦੀਆਂ ਟਾਂਗਾਂ ਜਿਹੜੀਆਂ ਕੱਢਾਂਗੇ ਬਹੁਤ ਬਹੁਤ ਧੰਨਵਾਦ ਔਰ ਵੱਡੀਆਂ ਮੁਬਾਰਕਾਂ ਸਾਰੇ ਨਗਰ ਨੂੰ ਜਿਹੜਾ ਟਾਈਟਲ ਹੋਵੇਗਾ ਅੱਜ ਦੇ ਇਸ ਟੂਰਨਾਮੈਂਟ ਦਾ ਇੱਧਰ ਥੋੜੇ ਪੁਆਇੰਟ ਜਿਹੜੇ ਬਾਕੀ ਹੈ ਗੁਰਮੁਖ ਸਿੰਘਾਪੁਰ ਬਾਬਾ ਧੰਨਵਾਦ ਜੀ ਗੁਰਮੁਖ ਭਾਈ ਸਿੰਘਾਪੁਰ ਸ਼ੁਕਰੀਆ ਜੀ ਸ਼ੁਕਰੀਆ ਗੋਪੇਰ ਕੇ ਜਿੱਤ ਗਏ ਵੀਰੇ ਉਧਰੋਂ ਕਾਲ ਗਿਲੇ ਤੋਂ ਖੰਜਰਾ ਜਿੱਤ ਗਈ ਸੈਮੀ ਦੀਆਂ ਡਾਈਆਂ ਪੈਣ ਲੱਗੀਆਂ ਉਧਰ ਨਵੀਂ ਕੰਬੋਜ ਸੁਖਪ੍ਰੀਤ ਗੁਰਮੁਖ ਬਹੁਤ ਬਹੁਤ ਧੰਨਵਾਦ ਸਹਿਵੀਰ ਤੂੰ ਇੱਕ ਨੰਬਰ ਤੇ ਗੱਲ ਮੇਰੇ ਵੀਰ ਉਧਰੇ ਪਾਸੇ ਦੋ ਨੰਬਰ ਗਰਾਊਂਡ ਦੇ ਵਿੱਚ ਗੱਲਾਂ ਵੱਖਰੀਆਂ ਨੇ